ਇਸ ਤਰ੍ਹਾਂ ਜੀ, ਮਿਤੀ 28/9/2023 ਨੂੰ ਦੁਪਹਿਰ ਦੇ ਸਮੇਂ ਜਰਨੈਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਭਾਗੋ ਬੁੱਢਾ ਥਾਣਾ ਕਬੀਰਪੁਰ, ਇਹ ਜਿਹੜਾ ਇਹਦੀ ਵਾਈਫ ਜਿਹੜੀ ਆ ਉਹਨਾਂ ਨੂੰ ਫਿਜੀਓਥੈਰੇਪੀ ਸੈਂਟਰ ਛੱਡ ਕੇ ਅਤੇ ਜਿੰਨਾ ਕੁ ਸਮਾਂ ਲੱਗਣਾ ਸੀ ਉਸ ਹਿਸਾਬ ਨਾਲ ਇਹ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੇਵਾ ਕਰਨ ਲਈ ਚਲੇ ਗਿਆ ਔਰ ਉੱਥੇ ਸੇਵਾ ਕਰਨ ਉਪਰੰਤ ਜਦੋਂ ਇਹ ਆਪਦੇ ਮੋਟਰਸਾਈਕਲ 'ਤੇ ਵਾਪਸ ਆਪਣੀ ਵਾਈਫ ਨੂੰ ਲੈਣ ਜਾ ਰਿਹਾ ਸੀ ਅਤੇ ਸਫਰੀ ਪੈਲਸ, ਜਿਹੜਾ ਸਿਟੀ ਸਫਰੀ ਪੈਲਸ ਹੈ ਉਹਦੇ ਨਜ਼ਦੀਕ ਸੜਕ ਕਿਨਾਰੇ ਇੱਕ ਔਰਤ ਖੜ੍ਹੀ ਸੀ, ਉਹਨੇ ਇਹਨੂੰ ਇਸ਼ਾਰਾ ਰੁਕਣ ਦਾ ਇਸ਼ਾਰਾ ਕੀਤਾ ਔਰ ਇਹਦੇ ਰੁਕਣ 'ਤੇ ਉਹਨੇ ਇਹ ਗੱਲ ਕਹੀ ਕਿ ਮੈਂ ਬਿਮਾਰ ਹਾਂ, ਮੈਂ ਚੱਲ ਨਹੀਂ ਸਕਦੀ, ਇਸ ਕਰਕੇ ਜਿਹੜੀ ਮੇਰੀ ਰਿਹਾਇਸ਼ ਹੈ ਵੀ ਉਹ ਪੁੱਡਾ ਜਿਹੜਾ ਸੁਲਤਾਨਪੁਰ ਲੋਧੀ ਆ ਉੱਥੇ ਹੈ ਅਤੇ ਉਹਨੂੰ ਉੱਥੋਂ ਤੱਕ ਜਿਹੜਾ ਛੱਡ ਦਿੱਤਾ ਜਾਵੇ। ਅਤੇ ਜਿਹੜੇ ਜਰਨੈਲ ਸਿੰਘ ਆ ਇਹਨਾਂ ਨੇ ਹਮਦਰਦੀ ਤੌਰ 'ਤੇ ਇਹ ਸਮਝ ਕੇ ਵੀ ਇਹ ਔਰਤ ਵਾਕਈ ਬਿਮਾਰ ਹੈਗੀ ਆ, ਉਹਨੂੰ ਆਪਦੇ ਮੋਟਰਸਾਈਕਲ 'ਤੇ ਜਿਹੜਾ ਜਦੋਂ ਉੱਥੇ ਛੱਡਣ ਗਿਆ ਉਹਦੇ ਦੱਸੀ ਰਿਹਾਇਸ਼ 'ਤੇ, ਅਤੇ ਉਸ ਰਿਹਾਇਸ਼ ਦੇ ਬਾਹਰ ਜਿਹੜਾ ਅੰਮ੍ਰਿਤਸਰੀਆਂ ਦਾ ਡੇਰਾ ਨੇੜੇ ਪੁੱਡਾ, ਉੱਥੇ ਇੱਕ ਪਹਿਲਾਂ ਹੀ ਇੱਕ ਨੌਜਵਾਨ ਪੁਲਿਸ ਵਰਦੀ ਵਿੱਚ, ਇੱਕ ਨੌਜਵਾਨ ਹੋਰ ਅਤੇ ਇੱਕ ਔਰਤ ਜਿਹੜੀ ਇਹ ਪਹਿਲਾਂ ਖੜ੍ਹੇ ਸੀਗੇ। ਜਦੋਂ ਇਹ ਉਸ ਔਰਤ ਨੂੰ ਉਤਾਰ ਕੇ ਮੋਟਰਸਾਈਕਲ ਤੋਂ ਵਾਪਸ ਮੁੜਨ ਲੱਗਾ ਤਾਂ ਜਿਹੜੇ ਪਹਿਲਾਂ ਤਿੰਨੋਂ ਖੜ੍ਹੇ ਆ ਇਹਨਾਂ ਦੇ ਜ਼ਬਰਦਸਤੀ ਜਰਨੈਲ ਸਿੰਘ ਨੂੰ ਧੱਕੇ ਨਾਲ ਸਮੇਤ ਮੋਟਰਸਾਈਕਲ ਆਪਦੇ ਘਰ ਲੈ ਗਏ। ਘਰ ਲਿਜਾ ਕੇ ਜਿਹੜਾ ਉਹਦੀ ਕੁੱਟਮਾਰ ਕੀਤੀ, ਕੁੱਟਮਾਰ ਕਰਨ ਤੋਂ ਬਾਅਦ ਉਹਦੀ ਜੇਬ ਦੇ ਵਿੱਚੋਂ 6000 ਰੁਪਇਆ ਖੋਲਿਆ ਅਤੇ ਉਹਦਾ ਜਿਹੜਾ ਆਧਾਰ ਕਾਰਡ ਸੀਗਾ ਉਹ ਕੱਢ ਲਿਆ ਔਰ ਆਧਾਰ ਕਾਰਡ ਲੈਣ ਤੋਂ ਬਾਅਦ ਫਿਰ ਉਹਨੂੰ ਇਹਨਾਂ ਨੇ ਕੁੱਟਮਾਰ ਕੀਤੀ, ਫਿਰ ਉਹਦੇ ਜਿਹੜੇ ਕੱਪੜੇ ਆ ਜ਼ਬਰਦਸਤੀ ਜਿਹੜੇ ਕੱਪੜੇ ਉਤਾਰ ਦਿੱਤੇ, ਉਤਾਰਨ ਤੋਂ ਬਾਅਦ ਉਹਦੀ ਇੱਕ ਵੀਡੀਓ ਇਹਨਾਂ ਨੇ ਬਣਾ ਲਈ। ਵੀਡੀਓ ਬਣਾਉਣ ਤੋਂ ਬਾਅਦ ਫਿਰ ਇਹ ਉਹਨੂੰ ਡਰਾਉਣ ਧਮਕਾਉਣ ਲੱਗ ਪਿਆ ਕਿ ਤੂੰ ਸਾਨੂੰ 2 ਲੱਖ ਰੁਪਈਆ ਦੇ, ਨਹੀਂ ਤਾਂ ਅਸੀਂ ਤੇਰੀ ਜਿਹੜੀ ਹੈ ਵੀਡੀਓ ਵਾਇਰਲ ਕਰ ਦਿਆਂਗੇ। ਔਰਤਾਂ ਨੇ ਉਹਨੂੰ ਹੋਰ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਇਹ ਕਹਾਂਗੇ ਕਿ ਤੂੰ ਸਾਡੀ ਜਿਹੜੀ ਆ ਇੱਜ਼ਤ ਜਿਹੜੀ ਆ ਉਹਨੂੰ ਉਛਾਲਿਆ, ਖਰਾਬ ਕੀਤਾ। ਇਸ ਡਰੋਂ ਉਹ ਵੀ ਘਬਰਾ ਗਿਆ ਕਿਉਂਕਿ ਉਹ ਬਜ਼ੁਰਗ ਸੀਗਾ। ਫਿਰ ਉਸਨੇ ਮਿੰਤਰਲਾ ਕੀਤਾ ਔਰ ਇਹਨਾਂ ਦੀ ਜਿਹੜੀ ਗੱਲਬਾਤ ਹੈ ਉਹ 1 ਲੱਖ ਰੁਪਏ ਦੇ ਵਿੱਚ ਸੈਟਲ ਹੋਈ। ਉਹਨੇ ਕਿਹਾ ਕਿ ਤੁਸੀਂ ਮੇਰੀ ਵੀਡੀਓ ਵਾਇਰਲ ਨਾ ਕਰੋ, ਮੈਂ 1 ਲੱਖ ਰੁਪਏ ਤੁਹਾਨੂੰ ਦੇ ਦਾਂਗਾ ਇਸ ਬਦਲੇ। ਔਰ ਉੱਥੋਂ ਇਹ ਜਾਨ ਛੁਡਾ ਕੇ ਇਹ ਵਾਪਸ ਆਇਆ ਆਪਦੇ ਘਰੋਂ, ਇਹਨੇ ਆਪਣੀ ਚੈੱਕਬੁੱਕ ਲਈ ਔਰ ਜਿਹੜਾ PNB ਬ੍ਰਾਂਚ ਸੁਲਤਾਨਪੁਰ ਲੋਧੀ ਬੈਂਕ ਹੈ ਜਿੱਥੋਂ ਉਹਨੇ 50,000 ਰੁਪਈਆ ਕਢਵਾਇਆ ਔਰ ਉਹ 50,000 ਰੁਪਈਆ ਉਹਨਾਂ ਨੂੰ ਦੇ ਕੇ ਅਤੇ ਉਹ ਆਪਣੇ ਘਰ ਚਲਾ ਗਿਆ। ਫਿਰ ਮਿਤੀ 28/9/2023 ਨੂੰ ਦੁਬਾਰਾ ਇਹ ਜਿਹੜੇ ਵਿਅਕਤੀ ਸੀਗੇ ਸਾਰਿਆਂ ਨੇ ਰਲ ਕੇ ਜਿਹੜੀ ਇਹ ਕੀਤਾ ਸੀਗਾ, ਇਹਨਾਂ ਨੇ ਦੁਬਾਰਾ ਉਹਨੂੰ ਫੋਨ 'ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਹੜਾ ਤੂੰ ਸਾਡੇ ਨਾਲ ਤੈਅ ਕੀਤਾ ਸੀ ਬਕਾਇਆ 50,000 ਰੁਪਈਆ ਦੇ, ਨਹੀਂ ਤਾਂ ਅਸੀਂ ਤੇਰੀ ਵੀਡੀਓ ਵਾਇਰਲ ਕਰਾਂਗੇ, ਤੇਰਾ ਅਤੇ ਤੇਰੇ ਪਰਿਵਾਰ ਦਾ ਜਿਹੜਾ ਨੁਕਸਾਨ ਕਰਾਂਗੇ, ਇੱਜ਼ਤ ਤੁਹਾਡੀ ਖਰਾਬ ਕਰਾਂਗੇ। ਅਤੇ ਇਹ ਇਸ ਗੱਲ ਦੀ ਜਦੋਂ ਉਹਨੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਸਾਡੇ ਕੋਲ ਥਾਣੇ, ਇਸ ਸੰਬੰਧ ਦੇ ਵਿੱਚ ਫਿਰ ਮੁਕੱਦਮਾ ਨੰਬਰ ਜਿਹੜਾ 204 ਜਿਹੜਾ ਅਲੱਗ ਅਲੱਗ ਧਰਾਵਾਂ ਦੇ ਤਹਿਤ ਦਰਜ ਕੀਤਾ ਗਿਆ। ਇਹ ਇੱਕ ਬੜਾ ਵੱਡਾ ਗੈਂਗ ਹੈ, ਇਹ ਔਰਤਾਂ ਔਰ ਇਹ ਬੰਦੇ ਮਿਲੇ ਹੋਏ ਨੇ ਜਿਨ੍ਹਾਂ ਨੇ ਹਨੀ ਟ੍ਰੈਪ ਇੱਕ ਦੇ ਤੌਰ 'ਤੇ ਇਸ ਬੰਦੇ ਨੂੰ, ਭੋਲੇ ਭਾਲੇ ਬੰਦੇ ਨੂੰ ਮਤਲਬ ਕਿ ਝਾਂਸੇ ਵਿੱਚ ਲੈ ਲਿਆ ਔਰ ਡਰਾ ਧਮਕਾ ਕੇ ਪੈਸੇ ਲੈਣ ਦੀ ਕੋਸ਼ਿਸ਼ ਕੀਤੀ। ਉਹਦੇ ਬਿਆਨ ਤੋਂ ਅਸੀਂ ਮੁਕੱਦਮਾ ਜਿਹੜਾ ਦਰਜ ਰਜਿਸਟਰ ਕਰਕੇ ਅਤੇ ਰੇਡ ਕਰਕੇ
ਜਿਹੜਾ ਇਹਨਾਂ ਨੂੰ ਫੜਿਆ ਹੈਗਾ, ਜਿਹਦੇ ਵਿੱਚ ਦੋ ਔਰਤਾਂ ਹੈਗੀਆਂ। ਪਹਿਲੀ ਔਰਤ ਜਿਹੜੀ ਆ ਬਹਾਨਾ ਬਣਾ ਕੇ ਬਿਮਾਰ ਹੋਣ ਦਾ ਇਹਦੇ ਮੋਟਰਸਾਈਕਲ 'ਤੇ ਬੈਠੀ ਸੀ, ਉਹ ਜੋਤੀ ਵਾਸੀ ਸੈਦਪੁਰ ਨੇੜੇ ਸ਼ਾਹਕੋਟ ਦੀ ਹੈਗੀ ਆ। ਦੂਸਰੀ ਔਰਤ ਜਿਹਦਾ ਘਰ ਹੈ ਉਹ ਸੁਮਨ ਨਾਮ ਦੀ ਔਰਤ ਹੈਗੀ ਆ, ਸੁਮਨ ਔਰ ਸੋਨੀਆ ਵਾਸੀ ਮਹੀਪਾਲ, ਜਿਹਦੇ ਘਰ ਦੇ ਵਿੱਚ ਸਾਰਾ ਜਿਹੜਾ ਕਾਂਡ ਇਹਨਾਂ ਨੇ ਕੀਤਾ। ਇਸ ਤੋਂ ਬਾਅਦ ਇੱਕ ਹੈਗਾ ਹੈ ਮੁੰਡਾ ਵਿਸ਼ੂ ਹੈ, ਜਿਹੜਾ ਇੱਥੇ ਸ਼ਹਿਰ ਦੇ ਵਿੱਚ ਕਿਸੇ ਦੇ ਨਾਲ ਪ੍ਰਾਈਵੇਟ ਤੌਰ 'ਤੇ ਡਰਾਈਵਰ ਹੈ, ਔਰ ਇਸੇ ਨੇ ਵਿਸ਼ੂ ਨੇ ਹੀ ਪੁਲਿਸ ਦੀ ਜਿਹੜੀ ਆ ਜ਼ਾਲੀ ਜਿਹੜੀ ਵਰਦੀ ਪਾਈ ਹੋਈ ਸੀ। ਉਸ ਤੋਂ ਇਲਾਵਾ ਇੱਕ ਸੁਖਚੈਨ ਨਾਮ ਦਾ ਹੈਗਾ ਜਿਹਨੇ ਕੁੱਟਮਾਰ ਕੀਤੀ ਔਰ ਇਹਦੀ ਵੀਡੀਓ ਬਣਾਈ ਹੈ। ਇਹ ਚਾਰਾਂ ਨੂੰ ਫੜਨ ਤੋਂ ਬਾਅਦ ਇਹਨਾਂ ਦੇ ਕੋਲੋਂ ਜਰਨੈਲ ਸਿੰਘ ਪਾਸੋਂ ਧਮਕਾ ਕੇ ਲਿਆ ਗਿਆ 50,000 ਰੁਪਈਆ, ਜਰਨੈਲ ਸਿੰਘ ਦਾ ਆਧਾਰ ਕਾਰਡ ਔਰ ਜਿਹੜੀ ਵਰਦੀ ਹੈ ਉਹ ਜਿਹੜੀ, ਅਤੇ ਮੋਬਾਈਲ ਜਿਹਦੇ ਨਾਲ ਵੀਡੀਓ ਬਣੀ ਹੈ, ਇਹ ਜਿਹੜੇ ਬਰਾਮਦ ਕੀਤੇ ਜਾ ਚੁੱਕੇ ਨੇ। ਔਰ ਜਿਹੜੀ ਹੁਣ ਪੁੱਛਗਿੱਛ ਦੇ ਵਿੱਚ ਆਇਆ ਕਿ ਇਹ ਪਹਿਲਾਂ ਵੀ ਇਹਨਾਂ ਨੇ ਇਸ ਤਰ੍ਹਾਂ ਇੱਕ ਗੈਂਗ ਬਣਿਆ ਹੈ, ਜਿਹੜੇ ਚੰਗੇ ਭਲੇ ਇੱਜ਼ਤਦਾਰ ਵਿਅਕਤੀ ਹੈ ਉਹਨਾਂ ਨੂੰ ਬਹਾਨੇ ਦੇ ਨਾਲ ਇਸ ਤਰ੍ਹਾਂ ਲੈ ਜਾਂਦੇ ਆ, ਫਿਰ ਇਹੋ ਜਿਹੀਆਂ ਵੀਡੀਓ ਬਣਾ ਕੇ ਡਰਾ ਧਮਕਾ ਕੇ ਜਿਹੜੇ ਪੈਸੇ ਲੈ ਜਾਂਦੇ ਆ। ਔਰ ਤਫਤੀਸ਼ ਚੱਲ ਰਹੀ ਹੈ ਔਰ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਜਲਦੀ ਇਹਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਕਿਹਨਾਂ ਕਿਹਨਾਂ ਵਿਅਕਤੀਆਂ ਪਾਸੋਂ ਇਹਨਾਂ ਨੇ ਪਹਿਲਾਂ ਇਸ ਤਰ੍ਹਾਂ ਪੈਸੇ ਠੱਗੇ ਆ, ਔਰ ਉਹਨਾਂ ਨੂੰ ਵੀ ਸ਼ਾਮਲ ਤਫਤੀਸ਼ ਕਰਕੇ ਅੱਗੇ ਜਿਹੜੀ ਤਫਤੀਸ਼ ਆ ਉਹਨੂੰ ਚੱਲਦਾ ਰੱਖਿਆ ਜਾਊਗਾ। ਅਜੇ ਤੱਕ ਜਿੰਨੀ ਸਾਡੀ ਮੁੱਢਲੀ ਪੁੱਛਗਿੱਛ ਹੋਈ ਆ ਸਾਡੇ ਕੋਲ 2-3 ਨਾਮ ਆਏ ਨੇ, ਲੇਕਿਨ ਜਿਸ ਤਰ੍ਹਾਂ ਹੁਣ ਅਜੇ ਅਸੀਂ ਪੂਰੀ ਤਰ੍ਹਾਂ ਬਰੀਕੀ ਨਾਲ ਇਹਦੀ ਜਿਹੜੀ ਆ ਪੁੱਛਗਿੱਛ ਕਰਾਂਗੇ ਇਹਨਾਂ ਦੀ, ਔਰ ਜਿਹੜੇ ਜਿਹੜੇ ਵਿਅਕਤੀਆਂ ਨਾਲ ਇਹਨਾਂ ਠੱਗੀ ਮਾਰੀ ਆ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਵਾਇਆ ਜਾਊਗਾ, ਔਰ ਇਹਨਾਂ ਨੂੰ ਜਿਹੜਾ ਜੋ ਇਹਨਾਂ ਨੇ ਕੀਤਾ ਕਰ ਇਹਦੀ ਜਿਹੜੀ ਸਜ਼ਾ ਦਵਾਈ ਜਾਊਗੀ।